हैलो सारियां नूं सत श्री अकाल। थोड़ी अपनी प्यारी शिव शक्ति हंस वालों अज थोनू कितने बाबी रणजीत कौर जिंदा हंस जी रेंदे आ उह मैं थोनू कर दिखाउण लगी हाँ। बाबी रणजीत कौर दा थोनू मैं अज कर दिखाउण लगी हाँ। ਬਾਬੀ ਰਣਜੀਤ ਕੌਰ ਐਂਡ ਜਿੰਦਾ ਹੰਸ ਜੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਜਿੰਦਾ ਹੰਸ ਨਾਲ ਮੇਰੇ ਰਣਜੀਤ ਕੌਰ ਭਾਬੀ ਮੇਰਾ ਬੇਟਾ ਸ਼ਿਵ ਸ਼ਕਤੀ ਹੰਸ ਜਿਸ ਮੰਦਰ ਦੀ ਮੈਂ ਪੂਜਾ ਕਰਦਾ। ਮੇਰਾ ਮੰਦਰ ਵੇਖੋ, ਮੇਰੇ ਬਾਬੇ ਭੋਲੇਨਾਥ ਜੀ ਦਾ ਮੰਦਰ ਆ। ਇਹ ਮੰਦਰ ਦੀ ਪੂਜਾ ਸ਼ਿਵ ਸ਼ਕਤੀ ਹੰਸ ਮੈਂ ਆਪ ਖੁਦ ਕਰਦਾ ਅਤੇ ਤੁਹਾਡੀ ਭਾਬੀ ਰਣਜੀਤ ਕੌਰ ਜੀ ਨੂੰ ਤੁਸੀਂ ਬਹੁਤ ਟਿਕਟੋਕ ਅਤੇ ਯੂਟਿਊਬ ਵਗੈਰਾ ਅਤੇ ਇੰਸਟਾਗ੍ਰਾਮ ਅੱਜ ਕੱਲ੍ਹ ਸਨੈਪ ਵੀਡੀਓ ਤੋਂ ਦੇਖਦੇ ਹੋ। ਭਾਬੀ ਜ਼ਰੂਰ ਕਹਿੰਦੇ ਮਤਲਬ ਵੀਡੀਓ ਦੇ ਵਿੱਚ ਉਹਨਾਂ ਦਾ ਕਿਰਦਾਰ ਆ, ਪਰ ਅਸਲੀ ਜਿਹੜਾ ਰੂਪ ਆ ਭਾਬੀ ਦਾ ਉਹ ਪੂਜਾ ਪਾਠ ਕਰਨ ਵਾਲਾ ਹੀ ਆ, ਪੂਜਾ ਪਾਠ ਕਰਦੇ ਨੇ। ਅਤੇ ਚਲੋ ਮੈਂ ਆਪਣੇ ਮਾਲਕ ਦਾ ਦਰਬਾਰ ਦਿਖਾਉਣਾ ਵਾ। ਦੇਖੋ ਦਿਖਾਓ ਬੇਟਾ ਜੀ ਤੁਮ ਮਾਲਕ ਦਾ ਦਰਬਾਰ। ਇਹ ਸਾਡਾ ਸ਼ਿਵ ਮੰਦਰ ਹੈਗਾ। ਹਾਂਜੀ, ਸਭ ਤੋਂ ਜ਼ਿਆਦਾ ਮੈਂ ਬਾਬੇ ਭੋਲੇਨਾਥ ਜੀ ਨੂੰ ਮੰਨਦਾ ਵਾਂ ਅਤੇ ਬਾਬੇ ਭੋਲੇਨਾਥ ਜੀ ਤੋਂ ਬਿਨਾਂ ਤਾਂ ਅਸੀਂ ਪ੍ਰਸਾਦ ਲਾਉਣ ਤੋਂ ਬਿਨਾਂ ਰੋਟੀ ਵੀ ਨਹੀਂ ਖਾਂਦੇ ਹੈਗੇ। ਬਾਕੀ ਤੁਹਾਡੀ ਭਾਬੀ ਰਣਜੀਤ ਕੌਰ ਬੋਲੂਗੀ। ਹਾਂਜੀ, ਮੈਂ ਭੋਲੇਨਾਥ ਦਰਬਾਰ 'ਤੇ ਖੜੀ ਹਾਂ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ। ਕੋਈ ਵੀ ਕਿਸਾਨਾਂ ਨੂੰ ਕੋਈ ਵੀ ਕੁਛ ਬੋਲਦਾ ਨਾ, ਪਾੜ ਕੇ ਖਾ ਜੂ। ਮੇਰਾ ਨਾਮ ਵੀ ਭਾਬੀ ਰਣਜੀਤ ਕੌਰ ਆ। ਚੜ ਗੋਰੀ ਕੈਲਾਸ ਮੇ ਹੋਰੇ ਕੀ ਤਲਾਸ ਮੇ, ਹਰ ਹਰ ਮਹਾਦੇਵ, ਹਰ ਹਰ ਮਹਾਦੇਵ, ਘਰ ਘਰ ਮਹਾਦੇਵ, ਘਰ ਘਰ ਮਹਾਦੇਵ। ਬਹੁਤ ਸੱਚੇ ਦਰਬਾਰ ਕੀ ਜੈ।